ਤੋਂ ਸਵਾਗਤ ਕਰਦੇ ਹਾਂ CWT ਪ੍ਰਾਈਮ ਟੀਵੀ ਵਿੱਚ ਤੁਹਾਡਾ ਤੇ ਆਪਾਂ ਹੁਣ ਅੱਜ ਪਹੁੰਚ ਚੁੱਕੇ ਹਾਂ ਬਖਸ਼ੀਵਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਤੇ ਅੱਜ ਅਸੀਂ ਤੁਹਾਨੂੰ ਇੰਟਰੋਡਿਊਸ ਕਰਾਉਣਾ ਇੱਥੋਂ ਦੇ ਭਾਈ ਸਾਹਿਬ ਗ੍ਰੰਥੀ ਭਾਈ ਸਾਹਿਬ ਜੋ ਕਿ ਬਾਬਾ ਬੁੱਢਾ ਜੀ ਸੰਸਥਾ ਤੋਂ ਸੰਬੰਧ ਰੱਖਦੇ ਹਨ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਸਭ ਤੋਂ ਪਹਿਲਾਂ ਸਾਰੀਆਂ ਗੁਰਸਿੱਖ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਧੰਨਵਾਦ ਹੈ CWT ਪ੍ਰਾਈਮ ਟੀਮ ਦਾ ਜਿਨ੍ਹਾਂ ਨੇ ਇੱਥੇ ਆ ਕੇ ਸਾਨੂੰ ਮੌਕਾ ਦਿੱਤਾ ਆਪਣੇ ਜਿਹੜੀ ਗ੍ਰੰਥੀ ਸਭਾ ਦੇ ਗ੍ਰੰਥੀਆਂ ਦੇ ਵਿਚਾਰਾਂ ਦੇ ਗ੍ਰੰਥੀਆਂ ਦੀ ਕੇਅਰ ਲਈ ਬੋਲਣ ਦਾ ਸਮਾਂ ਦਿੱਤਾ ਹੈ। ਧੰਨਵਾਦ। ਤੁਹਾਡਾ ਨਾਮ ਭਾਈ ਸਾਹਿਬ? ਦਾਸ ਸੁਰਿੰਦਰ ਸਿੰਘ ਜੀ। ਭਾਈ ਸਾਹਿਬ, ਜਿਵੇਂ ਕਿ ਤੁਸੀਂ ਇੱਥੇ ਡਿਊਟੀ ਗ੍ਰੰਥੀ ਦੀ ਨਿਭਾ ਰਹੇ ਹੋ, ਸੋ ਤੁਹਾਨੂੰ ਪ੍ਰਸ਼ਾਸਨ ਵੱਲੋਂ, ਸਰਕਾਰ ਵੱਲੋਂ ਜਾਂ ਤੁਹਾਡੇ ਪਿੰਡ ਦੀ ਪੰਚਾਇਤ ਵੱਲੋਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ? ਕੀ ਤੁਹਾਨੂੰ ਰਾਸ਼ਨ ਜਾਂ ਜੋ ਤੁਹਾਨੂੰ ਜੋ ਸੁਵਿਧਾ ਇੱਥੇ ਜ਼ਰੂਰੀ ਹੈ ਤੁਹਾਨੂੰ ਮਿਲ ਰਹੀ ਹੈ ਸਮੇਂ ਸਿਰ? ਹਾਂਜੀ, ਸਾਡੇ ਜਿਹੜੇ ਗੁਰਦੁਆਰਾ ਸਾਹਿਬ ਦੇ ਗੁਰੂ ਘਰ ਦੇ ਪ੍ਰਧਾਨ ਭਾਈ ਸਾਹਿਬ ਪ੍ਰਗਟ ਸਿੰਘ ਔਰ ਪੂਰੀ ਪ੍ਰਬੰਧਕ ਕਮੇਟੀ ਔਰ ਸਾਡੇ ਖਜ਼ਾਨਚੀ ਵੀ ਭਾਈ ਸਾਹਿਬ ਭਾਈ ਜਗਵਿੰਦਰ ਸਿੰਘ, ਪੂਰੀ ਕਮੇਟੀ ਵੱਲੋਂ ਦਾਸ ਨੂੰ ਜੋ ਪਹਿਲਾਂ ਨਗਰ ਵਿੱਚ ਡਾਲੀ ਵਗੈਰਾ ਵੀ ਕੀਤੀ ਜਾਂਦੀ ਸੀ ਉਹ ਵੀ ਬੰਦ ਕੀਤੀ ਹੈ ਔਰ ਇਹ ਸਾਡੇ ਬੱਚਿਆਂ ਲਈ ਸਾਡੇ ਖਾਣ ਪੀਣ ਦਾ ਸਾਰਾ ਪ੍ਰਬੰਧ ਕੀਤਾ ਗਿਆ ਕਮੇਟੀ ਵੱਲੋਂ ਔਰ ਇਹ ਵੀ ਬੇਨਤੀ ਕੀਤੀ ਹੈ ਕਿ ਗਿਆਨੀ ਜੀ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਸਾਨੂੰ ਫੋਨ ਕਰਕੇ ਜਾਂ ਕਿਸੇ ਵੀ ਤਰ੍ਹਾਂ ਦੀ ਕਿਸੇ ਤਰ੍ਹਾਂ ਲੋੜ ਬਾਹਰ ਮਾਰਕੀਟ 'ਚ ਤੁਸੀਂ ਲੈ ਸਕਦੇ ਹੋ। ਸਾਨੂੰ ਕਮੇਟੀ ਵੱਲੋਂ ਔਰ ਨਗਰ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ, ਇੱਦਾਂ ਦੀ ਸਾਨੂੰ ਕੋਈ ਅੱਜ ਤੱਕ ਕੋਈ ਪ੍ਰੋਬਲਮ ਨਹੀਂ। ਠੀਕ ਹੈ ਭਾਈ ਸਾਹਿਬ, ਅਸੀਂ ਤੁਹਾਨੂੰ ਇੱਕ ਗੱਲ ਹੋਰ ਪੁੱਛਣਾ ਚਾਹਾਂਗੇ, ਜਿਵੇਂ ਕਿ ਤੁਹਾਡੀ ਵੀ ਕੁਝ ਜ਼ਿੰਮੇਵਾਰੀ ਬਣਦੀ ਹੈ ਇਸ ਪਿੰਡ ਵਿੱਚ, ਤੁਸੀਂ ਗ੍ਰੰਥੀ ਦੀ ਡਿਊਟੀ ਨਿਭਾ ਰਹੇ ਹੋ ਗੁਰਦੁਆਰਾ ਸਾਹਿਬ ਜੋ ਕਿ ਸਭ ਦਾ ਸਾਂਝਾ ਦਰਬਾਰ ਹੈ, ਇੱਥੋਂ ਤੁਹਾਨੂੰ ਪਤਾ ਹੈ ਜਿਵੇਂ ਕਿ ਪਿੰਡ ਵਿੱਚ ਆਪਾਂ ਕੋਈ ਵੀ ਪ੍ਰਚਾਰ ਪਹੁੰਚਾਉਣਾ ਹੈ ਤਾਂ ਤੁਸੀਂ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਕੇ ਪਹੁੰਚਾਉਂਦੇ ਹੋ, ਸੋ ਕਿਸ ਤਰ੍ਹਾਂ ਦੀਆਂ ਜੋ ਤੁਸੀਂ ਇਸ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਨੂੰ ਕਿਸ ਤਰ੍ਹਾਂ ਤੁਸੀਂ ਲੋਕਾਂ ਤੱਕ ਪਹੁੰਚਾ ਰਹੇ ਹੋ? ਦੇਖੋ, ਜਿੱਦਾਂ ਸਾਡੇ ਬਖਸ਼ੀਵਾਲ ਥਾਣੇ ਤੋਂ SHO ਸਾਹਿਬ ਜਾਂ ਸਾਡੇ ਪੁਲਿਸ ਪ੍ਰਸ਼ਾਸਨ ਦੇ ਕੋਈ ਵੀ ਜਾਂ ਪਿੰਡ ਦੇ ਸਰਪੰਚ ਸਾਹਿਬ ਭਾਈ ਸਾਹਿਬ ਜਸਵਿੰਦਰ ਸਿੰਘ, ਉਹਨਾਂ ਵੱਲੋਂ ਕੋਈ ਵੀ ਫੋਨ ਆਉਂਦਾ ਜਾਂ ਕੋਈ ਵੀ ਹੁਕਮ ਲਾਇਆ ਜਾਂਦਾ, ਅਨਾਊਂਸਮੈਂਟ ਅਸੀਂ ਟਾਈਮ 'ਤੇ ਕਰੀਦਾ ਔਰ ਅਸੀਂ ਇੱਕ ਫੋਨ ਦੇ ਉੱਪਰ ਅਵੇਅਰ ਗਰੁੱਪ ਵੀ ਬਣਾਇਆ, ਜਿਹੜੀ ਉਹ ਅਨਾਊਂਸਮੈਂਟ ਹੈ ਜਿਹੜੇ ਦੂਰ ਬੈਠੇ ਨੇ ਪਿੰਡ ਤੋਂ ਬਾਹਰ ਕਈਆਂ ਨੂੰ ਨਹੀਂ ਸਮਝ ਆਉਂਦੀ ਉਹ ਗਰੁੱਪ ਵਿੱਚ ਵੀ ਅਨਾਊਂਸਮੈਂਟ ਦੱਸੀ ਜਾਂਦੀ ਹੈ ਔਰ ਅਸੀਂ ਵੀ ਸਵੇਰ ਸ਼ਾਮ ਜਦੋਂ ਨਿਤਨੇਮ ਹੁੰਦੀ ਜਾਂ ਕੋਈ ਡਿਊਟੀ ਹੁੰਦੀ ਹੈ ਵਾਰ ਵਾਰ ਬੇਨਤੀ ਕਰੀਦਾ ਸਾਰਿਆਂ ਨੂੰ, ਸਾਰੀਆਂ ਸੰਗਤਾਂ ਨੂੰ ਕਿ ਘਰ ਵਿੱਚ ਰਹਿ ਕੇ, ਕਿਉਂਕਿ ਜਿਹੜੀ ਕਰੋਨਾ ਦੀ ਭਿਆਨਕ ਬਿਮਾਰੀ ਹੈ ਇਹਦੇ ਵੱਲੋਂ ਸਰਕਾਰ ਨੇ ਵੀ ਕਿਹਾ ਇਹਦਾ ਇੱਕੋ ਇੱਕ ਇਲਾਜ ਹੈ ਕਿ ਘਰ ਵਿੱਚ ਰਹੋ, ਸੇਫ ਰਹੋ, ਆਪਣਾ ਆਪਣੇ ਪਰਿਵਾਰ ਦਾ ਖਿਆਲ ਰੱਖੋ, ਇਹਦਾ ਇੱਕੋ ਇਲਾਜ ਹੈ ਸਿਰਫ ਘਰ ਰਹਿ ਕੇ, ਹੋਰ ਇਹਦਾ ਕੋਈ ਇਲਾਜ ਨਹੀਂ। ਸੋ ਮੈਂ ਸਾਰਿਆਂ ਨੂੰ ਤੁਹਾਡੇ ਚੈਨਲ ਰਾਹੀਂ ਵੀ ਬੇਨਤੀ ਕਰਦਾ, ਜਿੰਨੀਆਂ ਵੀ ਗੁਰਸਿੱਖ ਸੰਗਤਾਂ ਇਸ ਚੈਨਲ ਨੂੰ ਦੇਖ ਰਹੀਆਂ ਨੇ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿਉਂਕਿ ਸਾਡਾ ਵੀ ਕੋਈ ਫਰਜ਼ ਹੈ, ਜੇ ਅਸੀਂ ਇਕੱਲੀਆਂ ਸਰਕਾਰਾਂ ਦੇ ਸਿਰ 'ਤੇ ਕਹੀਏ ਕਿ ਸਰਕਾਰਾਂ ਸਾਡੀ ਬਚਾਅ ਕਰਨਗੀਆਂ, ਨਹੀਂ, ਸਰਕਾਰਾਂ ਨੇ ਸਾਡੀਆਂ ਸਹੂਲਤਾਂ ਲਈ ਜੋ ਰਾਸ਼ਨ ਪਾਣੀ ਹੈ ਗਰੀਬ ਲੋੜਵੰਦਾਂ ਨੂੰ ਪਰਿਵਾਰਾਂ ਨੂੰ ਮਿਲ ਰਿਹਾ ਔਰ ਨਾਲ ਹੀ ਹਦਾਇਤਾਂ ਕੀਤੀਆਂ ਜਾ ਰਹੀਆਂ ਨੇ ਕਿ ਬਿਨਾਂ ਕੰਮ ਤੋਂ ਸਾਡਾ ਘਰ ਤੋਂ ਬਾਹਰ ਜਾਣਾ ਖਤਰਨਾਕ ਹੋ ਸਕਦਾ, ਜਿੱਥੇ ਸਾਡਾ ਖਤਰਨਾਕ ਹੈ ਸਾਡੇ ਪਰਿਵਾਰਾਂ ਲਈ, ਸਾਡੇ ਬੱਚਿਆਂ ਲਈ ਔਰ ਸਾਡੇ ਪਿੰਡ ਲਈ, ਸਾਡੇ ਸ਼ਹਿਰ ਲਈ, ਸਾਡੇ ਦੇਸ਼ ਲਈ, ਸਾਡੇ ਪੰਜਾਬ ਲਈ ਖਤਰਨਾਕ ਹੋ ਸਕਦਾ। ਇਸ ਕਰਕੇ ਅਸੀਂ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਸਰਕਾਰ ਦਾ ਸਾਥ ਦੇਈਏ, ਆਪਣੇ ਪਿੰਡ ਵਾਸੀਆਂ ਦਾ ਸਾਥ ਦੇਈਏ, ਬੱਚਿਆਂ ਦਾ ਸਾਥ ਦੇਈਏ। ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਘਰ ਰਹਿ ਕੇ ਆਪਣੇ ਘਰ ਦੇ ਵਿੱਚ ਬੱਚਿਆਂ ਦਾ ਖਿਆਲ ਰੱਖੋ, ਆਪਣੇ ਆਸੇ ਪਾਸੇ ਸਫਾਈ ਰੱਖੋ, ਆਪਣੇ ਹੈਂਡ ਸਾਫ਼ ਕਰੋ ਔਰ ਇਹ ਚੀਜ਼ ਨੂੰ ਜ਼ਰੂਰ ਦੇਖਣਾ ਪਏਗਾ ਕਿ ਸਾਨੂੰ ਸਫਾਈ ਦੀ ਲੋੜ ਹੈ, ਘਰ ਵਿੱਚ ਰਹਿ ਕੇ ਅਸੀਂ ਆਪਣੇ ਬੱਚਿਆਂ ਦਾ ਖਿਆਲ ਰੱਖੀਏ, ਸਾਰਿਆਂ ਦਾ ਖਿਆਲ ਰੱਖੀਏ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਬਿਨਾਂ ਕੰਮ ਤੋਂ ਕੋਈ ਵੀ ਬਾਹਰ ਨਾ ਜਾਵੇ, ਕਿਉਂਕਿ ਜਦੋਂ ਅਸੀਂ ਬਾਹਰ ਜਾਂਦੇ ਹਾਂ ਫਿਰ ਦੋਸ਼ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਦਿੰਦੇ ਹਾਂ, ਕਿਉਂਕਿ ਉਹ 'ਚ ਗਲਤੀ ਸਾਡੀ ਵੀ ਹੁੰਦੀ ਹੈ, ਕਿਉਂਕਿ ਪੁਲਿਸ ਪ੍ਰਸ਼ਾਸਨ ਦੇਖੋ ਵੀ ਉਹਨਾਂ ਦਾ ਵੀ ਪਰਿਵਾਰ ਹੈ, ਉਹ ਵੀ ਆਪਣੀਆਂ ਡਿਊਟੀਆਂ ਛੱਡ ਕੇ ਅੱਧੀ ਦੀ ਰਾਤ ਤੱਕ ਪੁਲਿਸ ਪ੍ਰਸ਼ਾਸਨ ਸੜਕਾਂ 'ਤੇ ਜਾ ਰਿਹਾ ਹੈ, ਨਹੀਂ ਉਹ ਵੀ ਆਪਣੇ ਜਿਹੜੀ ਜਾਨ ਹੈ ਖਤਰੇ ਵਿੱਚ ਪਾ ਰਹੇ ਨੇ, ਉਹ ਕਾਹਦੀ ਖਤਰ ਸਾਡੇ ਲਈ, ਜੇ ਅਸੀਂ ਉਹਨਾਂ ਦੀਆਂ ਹਦਾਇਤਾਂ ਨਹੀਂ ਮੰਨਾਂਗੇ ਤਾਂ ਅਸੀਂ ਆਪ ਵੀ ਖਤਰੇ 'ਚ ਪਾਵਾਂਗੇ ਔਰ ਹੋਰਾਂ ਨੂੰ ਵੀ ਖਤਰੇ 'ਚ ਪਾਵਾਂਗੇ। ਇਸ ਕਰਕੇ ਬੇਨਤੀ ਹੈ ਆਪਣੇ ਘਰ ਰਹੋ, ਪੁਲਿਸ ਪ੍ਰਸ਼ਾਸਨ ਦਾ ਸਰਕਾਰ ਦਾ ਸਾਥ ਦਿਓ ਜੀ। ਜਿਵੇਂ ਸਰ ਬੀਤੇ ਦਿਨੀ ਤੁਹਾਨੂੰ ਪਤਾ ਇੱਕ ਵਿਸਾਖੀ ਦਾ ਵੱਡਾ ਤਿਉਹਾਰ ਆਪਣੇ ਸਿੱਖ ਧਰਮ 'ਚ ਮਨਾਇਆ ਜਾਂਦਾ ਸੀ, ਕੀ ਤੁਸੀਂ ਇਸ ਵਾਰ ਗੁਰਦੁਆਰਾ ਸਾਹਿਬ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ? ਦੇਖੋ ਜੀ, ਜਿੱਦਾਂ ਹੁਣ ਸੰਸਾਰ 'ਚ ਸਾਰਿਆਂ ਨੂੰ ਪਤਾ ਕਿ ਬੜੀ ਭਿਆਨਕ ਬਿਮਾਰੀ ਹੈ ਔਰ ਸਰਕਾਰ ਵੱਲੋਂ ਵੀ ਹਦਾਇਤਾਂ ਨੇ ਕਿ ਜ਼ਿਆਦਾ ਇਕੱਠ ਨਹੀਂ ਕਰ ਸਕਦੇ, ਅਸੀਂ ਇੱਕ ਗੁਰੂ ਸਾਡੇ ਧੰਨ ਧੰਨ ਜੁਗੋ ਜੁਗਾ ਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਹੈ ਜੋ ਕਮੇਟੀ ਮੈਂਬਰ ਸਾਹਿਬਾਨ ਔਰ ਗੁਰਸਿੱਖ ਸੰਗਤਾਂ ਥੋੜ੍ਹੇ ਇਕੱਠ 10-12 ਕੁ ਜਣਿਆਂ ਦਾ ਇਕੱਠ ਦੇ ਵਿੱਚ ਅਸੀਂ ਅਰਦਾਸ ਬੇਨਤੀ ਕੀਤੀ ਹੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰੂ ਸਮਾਲਕ ਕੇ ਅਰਦਾਸ ਕੀਤੀ ਹੈ ਕਿ ਜੋ ਇਹ ਜਗਤ ਦੇ ਉੱਤੇ ਭਿਆਨਕ ਬਿਮਾਰੀ ਚੱਲ ਰਹੀ ਹੈ ਸਤਿਗੁਰੂ ਜੀ ਕਿਰਪਾ ਕਰਨ ਇਹਦੇ ਤੋਂ ਸੰਸਾਰ ਨੂੰ ਆਪ ਬਚਾਉਣ, ਇਹ ਅਰਦਾਸ ਬੇਨਤੀ ਕੀਤੀ ਹੈ ਜੀ। ਭਾਈ ਸਾਹਿਬ, ਜਿਵੇਂ ਕਿ ਪਿਛਲੇ ਬੀਤੇ ਦਿਨੀ ਤੁਸੀਂ ਜਾਣਦੇ ਹੀ ਹੋ ਕਿ ਤੁਹਾਡੇ ਸ਼ਹਿਰ ਪਟਿਆਲਾ ਦੇ ਵਿੱਚ ਇੱਕ ਹਾਦਸਾ ਹੋਇਆ ਸੀ, ਇੱਕ ਨਿਹੰਗ ਸਿੰਘ ਵੱਲੋਂ ASIG ਦੀ ਬਾਂਹ ਕੱਟੀ ਗਈ, ਸੋ ਤੁਹਾਡੇ ਉਸ ਬਾਰੇ ਕੀ ਵਿਚਾਰ ਨੇ? ਦੇਖੋ, ਇਹ ਇੱਕ ਬਹੁਤ ਮਾੜੀ ਘਟਨਾ ਹੈ
ਅਸੀਂ ਇਸ ਘਟਨਾ ਦੀ ਨਿੰਦਾ ਕਰਦੇ ਹਾਂ ਕਿਉਂਕਿ ਜਿਹੜੇ ਸਾਡੇ ਪੁਲਿਸ ਅਫਸਰ ਦੀ ASI ਦੀ ਬਾਂਹ ਕੱਟੀ ਗਈ ਉਹ ਵੀ ਇੱਕ ਪਰਿਵਾਰਕ ਨੇ ਔਰ ਗੁਰਸਿੱਖ ਨੇ ਔਰ ਜਿਨ੍ਹਾਂ ਨੇ ਹਮਲਾ ਕੀਤਾ ਉਹ ਵੀ ਗੁਰਸਿੱਖ ਹੈ ਇਸ ਕਰਕੇ ਇਹ ਜਿਹੜੀ ਘਟਨਾ ਹੈ ਸਾਡੇ ਸਿੱਖ ਸੰਬੰਧ ਨਾਲ ਹਣੀ ਸਿੱਖ ਸੰਬੰਧ ਦੇ ਨਾਲ ਇਹ ਇਹਦਾ ਨਾਲ ਬੜਾ ਵੱਡਾ ਤਾਲੁਕ ਹੈ ਇਸ ਕਰਕੇ ਸਾਨੂੰ ਇਸ ਗੱਲਾਂ ਤੋਂ ਸਮਝਣਾ ਚਾਹੀਦਾ ਕਿਉਂਕਿ ਸਰਕਾਰ ਪੁਲਿਸ ਪ੍ਰਸ਼ਾਸਨ ਸਾਡੇ ਲਈ ਖੜ੍ਹੇ ਹੈ ਸਾਨੂੰ ਉਹਦਾ ਸਾਥ ਦੇਣਾ ਚਾਹੀਦਾ ਹੈ ਔਰ ਜਿਹੜੀ ਪੁਲਿਸ ਪ੍ਰਸ਼ਾਸਨ ਨੇ ਇੰਨਾ ਉਪਰਾਲਾ ਕੀਤਾ ਸਾਡੇ ਲਈ ਕੀਤਾ ਜਿਹੜਾ ਅਸੀਂ ਇਸ ਜੇ ਇੱਦਾਂ ਹੀ ਪੁਲਿਸ ਨਾਲ ਲੜਦੇ ਰਹੇ ਹੱਥ ਕੱਢਦੇ ਰਹੇ ਤਾਂ ਫਿਰ ਸਾਡੀ ਰੱਖਿਆ ਕੌਣ ਕਰੇਗਾ ਇਸ ਕਰਕੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਪੁਲਿਸ ਪ੍ਰਸ਼ਾਸਨ ਦਾ ਸਾਥ ਦਿਓ ਜਿਹੜਾ ਹੱਥ ਕੱਟਿਆ ਗਿਆ ਹੈ ਉਹ ਬਹੁਤ ਗਲਤ ਗੱਲ ਹੈ ਔਰ ਉਹ ਵੀ ਇੱਕ ਪਰਿਵਾਰਕ ਮੈਂ ਉਹਨਾਂ ਦੇ ਵੀ ਬੱਚੇ ਨੇ ਸਾਡੇ ਭੈਣ ਭਰਾ ਨੇ ਇਸ ਕਰਕੇ ਉਹਨਾਂ ਦੀ ਰੱਖਿਆ ਅਸੀਂ ਘਰ ਰਹਿ ਕੇ ਕਰ ਸਕਦੇ ਹਾਂ ਜੇ ਅਸੀਂ ਬਾਹਰ ਜਾਵਾਂਗੇ ਤਾਂ ਅਸੀਂ ਸਾਡੀ ਝੜਪ ਹੋਏਗੀ ਇਸ ਕਰਕੇ ਇਹ ਚੀਜ਼ਾਂ ਦਾ ਗੌਰ ਕਰਨਾ ਕਿਉਂਕਿ ਸਮਾਂ ਹੀ ਐਸਾ ਚੱਲ ਰਿਹਾ ਸਾਨੂੰ ਵੀ ਇਸ ਸਮੇਂ ਦੇ ਨਾਲ ਘਰ ਰਹਿ ਕੇ ਪੁਲਿਸ ਪ੍ਰਸ਼ਾਸਨ ਦਾ ਸਰਕਾਰ ਦਾ ਸਾਥ ਦੇਣਾ ਪੈਣਾ ਹੈ ਸੋ ਇਸ ਕਰਕੇ ਇਹ ਮੈਂ ਤੁਹਾਡੇ ਚੈਨਲ ਦੇ ਸਾਰਿਆਂ ਨੂੰ ਬੇਨਤੀ ਕਰਦਾ ਜੀ ਪੁਲਿਸ ਪ੍ਰਸ਼ਾਸਨ ਦੀ ਹਦਾਇਤਾਂ ਨੂੰ ਉਹਨਾਂ ਦੀ ਗੱਲ ਮੰਨੋ ਤਾਂ ਜੋ ਸਾਡਾ ਬਚਾਅ ਹੋਵੇ ਸਾਡੇ ਦੇਸ਼ ਦਾ ਬਚਾਅ ਹੋਵੇ ਜੀ ਅਸੀਂ ਭਾਈ ਸਾਹਿਬ ਤੁਹਾਨੂੰ ਇੱਕ ਗੱਲ ਹੋਰ ਪੁੱਛਣਾ ਚਾਹੁੰਦੇ ਹਾਂ ਕਿ ਲੁਧਿਆਣਾ ਤੋਂ ਇੱਕ ਖਬਰ ਆਈ ਸੀ ਕਿ ਲੁਧਿਆਣਾ ਦੇ ਕਿਸੇ ਪਿੰਡ ਦੇ ਗ੍ਰੰਥੀ ਨੂੰ ਨਿਸ਼ਾਨ ਸਿੰਘ ਜੀ ਨੂੰ ਇੱਕ ਪਿੰਡ ਤੋਂ ਕੱਢ ਦਿੱਤਾ ਗਿਆ ਸੀ ਬਿਕੋਜ਼ ਉਹਨਾਂ ਨੇ ਕਿਹਾ ਸੀ ਕਿ ਅਸੀਂ ਇੱਥੇ ਤਨਖਾਹ ਨਹੀਂ ਦੇ ਸਕਦੇ ਅਜਿਹੇ ਮਾਮਲਾ ਕੁਝ ਸਾਹਮਣੇ ਆਇਆ ਹੈ ਸੋ ਤੁਹਾਡੀ ਉਸ ਬਾਰੇ ਕੀ ਰਾਏ ਹੈ ਜੀ ਇਹ ਵੀ ਇੱਕ ਨਿੰਦਣਯੋਗ ਇੱਕ ਘਟਨਾ ਹੈ ਕਿਉਂਕਿ ਗ੍ਰੰਥੀ ਸਿੰਘ ਇੱਕ ਸਾਰੇ ਸਰਬੱਤ ਦੇ ਭਲੇ ਲਈ ਰੋਜ਼ ਹੀ ਅਰਦਾਸ ਕਰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਡੇ ਜਦੋਂ ਘਰਾਂ 'ਚ ਕੋਈ ਸਮਾਗਮ ਹੁੰਦਾ ਖੁਸ਼ੀ ਦਾ ਹੋਵੇ ਕੋਈ ਵੀ ਹੋਵੇ ਗ੍ਰੰਥੀ ਸਿੰਘ ਉੱਥੇ ਟਾਈਮ ਨਾਲ ਪਹੁੰਚ ਕੇ ਅਰਦਾਸ ਬੇਨਤੀ ਉਹ ਅਕਾਲ ਪੁਰਖ ਦੇ ਕੋਲ ਕਰਦਾ ਔਰ ਗ੍ਰੰਥੀ ਸਿੰਘ ਬਾਬਾ ਬੁੱਢਾ ਜੀ ਦੇ ਕਿਰਪਾ ਦੇ ਨਾਲ ਜੋ ਬਾਬਾ ਬੁੱਢਾ ਜੀ ਦੀ ਕਿਰਪਾ ਹੈ ਜੋ ਗ੍ਰੰਥੀ ਸਿੰਘ ਨੂੰ ਇੰਨਾ ਵੱਡਾ ਮਾਣ ਮਿਲਿਆ ਹੈ ਔਰ ਸਾਡੇ ਵੀ ਫਰਜ਼ ਨੇ ਕਿ ਅਸੀਂ ਗ੍ਰੰਥੀ ਸਿੰਘ ਦੀ ਕੇਅਰ ਕਰੀਏ ਉਹਨਾਂ ਦਾ ਖਿਆਲ ਰੱਖੀਏ ਕਿਉਂਕਿ ਅੱਜ ਦੇ ਸਮੇਂ ਵਿੱਚ ਹਰੇਕ ਹੀ ਇਨਸਾਨ ਕਿਉਂਕਿ ਕੰਮ ਕਾਰ ਸਾਰਿਆਂ ਦੇ ਬੰਦ ਪਏ ਨੇ ਹਨੀ ਹਰੇਕ ਦੀ ਤੰਗ ਹੈ ਪਰੇਸ਼ਾਨ ਹੈ ਕਿਉਂਕਿ ਜੇ ਸਾਡੀਆਂ ਕਮੇਟੀਆਂ ਇੱਦਾਂ ਹੀ ਗ੍ਰੰਥੀ ਸਿੰਘ ਨੂੰ ਇੱਦਾਂ ਦੇ ਹਾਲਾਤਾਂ ਵਿੱਚ ਕੱਢਣਗੇ ਤਾਂ ਉਹ ਸਾਡੇ ਆਉਣ ਵਾਲੇ ਸਮੇਂ ਲਈ ਚੰਗਾ ਨਹੀਂ ਹੋਵੇਗਾ ਕਿਉਂਕਿ ਮੈਂ ਬੇਨਤੀ ਕਰਦਾ ਸਾਰੀਆਂ ਕਮੇਟੀਆਂ ਨੂੰ ਕਿਉਂਕਿ ਜਿਹੜਾ ਗ੍ਰੰਥੀ ਸਿੰਘ ਹੈ ਉਹ ਸਾਰਿਆਂ ਦਾ ਭਲਾ ਮੰਗਦਾ ਹੈ ਇਸ ਕਰਕੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਗ੍ਰੰਥੀ ਸਿੰਘ ਦਾ ਸਾਥ ਦੇਈਏ ਕਿਉਂਕਿ ਸਾਡੇ ਬਹੁਤ ਹੀ ਸਿੱਖ ਕੌਮ ਦੇ ਜਿਹੜੇ ਮਹਾਨ ਵਿਦਵਾਨ ਪ੍ਰਚਾਰਕ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਮੱਕੂ ਜੀ ਉਹ ਸਮੇਂ 'ਤੇ ਪਹੁੰਚੇ ਉਹਨਾਂ ਨੇ ਕਮੇਟੀ ਦੇ ਨਾਲ ਮੀਟਿੰਗ ਕੀਤੀ ਔਰ ਭਾਈ ਸਾਹਿਬ ਨੂੰ ਵਿੱਚ ਲੈ ਕੇ ਮੀਟਿੰਗ ਕਰਕੇ ਜਿਹੜਾ ਮਸਲਾ ਸੁਲਝਾ ਦਿੱਤਾ ਗਿਆ ਠੀਕ ਹੈ ਜੀ ਸੋ ਅੰਤ ਵਿੱਚ ਅਸੀਂ ਤੁਹਾਨੂੰ ਇਹ ਪੁੱਛਣਾ ਚਾਹਾਂਗੇ ਕਿ ਤੁਸੀਂ ਆਪਣੇ ਪਿੰਡ ਵਾਸੀਆਂ ਨੂੰ ਜਾਂ ਆਪਣੇ ਦੇਸ਼ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਦੇਖੋ ਅੱਜ ਦੇ ਸਮੇਂ ਵਿੱਚ ਜਿਹੜੀ ਭਿਆਨਕ ਬਿਮਾਰੀ ਚੱਲ ਰਹੀ ਹੈ ਮੇਰੇ ਪਿੰਡ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਇੱਕੋ ਬੇਨਤੀ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇਹ ਨਹੀਂ ਹੈ ਕਿ ਆਪਣੇ ਦੇਸ਼ ਵਿੱਚ ਆਲ ਵਰਲਡ ਵਿੱਚ ਵੱਡੀਆਂ ਵੱਡੀਆਂ ਕੰਟਰੀਆਂ USA ਕੈਨੇਡਾ ਇਟਲੀ ਹੋਰ ਜਿਹੜੀਆਂ ਜਿੰਨੇ ਵੀ ਆਲ ਵਰਲਡ ਵਿੱਚ ਜਿਹੜੀ ਇਹ ਭਿਆਨਕ ਬਿਮਾਰੀ ਹੈ ਇਹ ਜਿਹੜੀ ਸਾਰੇ ਇਸ ਲਪੇਟ ਵਿੱਚ ਆ ਚੁੱਕੇ ਨੇ ਸੋ ਇਸ ਕਰਕੇ ਇਹਦਾ ਇਲਾਜ ਨਹੀਂ ਹੈ ਅਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਕਿਉਂਕਿ ਅਸੀਂ ਸਰਕਾਰ ਦਾ ਸਾਥ ਦੇਈਏ ਪੰਜਾਬ ਸਰਕਾਰ ਦਾ ਸਾਥ ਦੇਈਏ ਆਪਣੇ ਘਰ ਦੇ ਵਿੱਚ ਰਹਿ ਕੇ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਈਏ ਘਰ ਵਿੱਚ ਰਹਿ ਕੇ ਜਿਹੜੀ ਬਿਮਾਰੀ ਦੇ ਨਾਲ ਲੜੀਏ ਇਸ ਬਿਮਾਰੀ ਤੋਂ ਬਚਾਅ ਕਰੀਏ ਮੈਂ ਸਾਰੇ ਨਗਰ ਵਾਸੀ ਸਹਿਤ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਕਿ ਆਪਣੇ ਘਰ ਵਿੱਚ ਰਹੋ ਸੇਫ ਰਹੋ ਤਾਂ ਜੋ ਇਹ ਬਿਮਾਰੀ ਤੋਂ ਸਾਡਾ ਬਚਾਅ ਹੋ ਸਕੇ ਅਕਾਲ ਪੁਰਖ ਅੱਗੇ ਬੇਨਤੀ ਕਰੋ ਕਿ ਸਤਿਗੁਰ ਕਿਰਪਾ ਰਹਿਮਤ ਕਰਨ ਸਾਨੂੰ ਇਸ ਬਿਮਾਰੀ ਤੋਂ ਬਚਾਉਣ ਚੈਨਲ ਦਾ ਬਹੁਤ ਧੰਨਵਾਦ ਆ ਮੇਰੇ ਪਹਿਲਾਂ ਮੈਂ ਜੋਬ ਕਰਦਾ ਸੀ ਹੁਣ ਮੈਂ ਗੁਰਦੁਆਰਾ ਸਾਹਿਬ ਖਜ਼ਾਨਚੀ ਹਾਂ ਸੇਵਾ ਨਿਭਾ ਰਿਹਾ ਅੱਛਾ ਜੀ ਤੇ ਤੁਸੀਂ ਆਪਣੇ ਦੇਸ਼ ਵਾਸੀਆਂ ਨੂੰ ਇਸ ਮਹਾਮਾਰੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਮਾਰਾ ਸੱਚਾ ਦੇ ਪੇ ਕਰ ਰਹੋ ਜੋ ਪ੍ਰਸ਼ਾਸਨ ਆਈਆਂ ਗਵਰਨਮੈਂਟ ਵੱਲੋਂ ਮੇਰਾ ਪੂਰਾ ਸਾਥ ਕਰੋ ਜੀ ਤੁਸੀਂ ਦੇਸ਼ ਵਾਸੀਆਂ ਨੂੰ ਇਹ ਸੰਦੇਸ਼ ਚਾਹੁੰਦੇ ਹੋ ਦੇਣਾ ਚਾਹੁੰਦੇ ਹੋ ਕਿ ਤੁਸੀਂ ਆਪੋ ਆਪਣੇ ਘਰਾਂ ਵਿੱਚ ਰਹੋ ਜਿੱਦਾਂ ਕਿ ਮੈਨੂੰ ਭਾਈ ਸਾਹਿਬ ਦੀ ਗੱਲ ਬਹੁਤ ਵਧੀਆ ਲੱਗੀ ਕਿ ਇਹਨਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਅੱਜ ਆਪਾਂ ਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਸੋ ਕਿਸੇ ਨੇ ਕਿਤੇ ਨਾ ਕਿਤੇ ਅਨਾਊਂਸਮੈਂਟ ਤਾਂ ਕਰ ਰਹੇ ਨੇ ਪਰ ਕੁਝ ਪਰਿਵਾਰ ਜਾਂ ਕੁਝ ਘਰ ਆਪਣੇ ਏਰੀਏ ਤੋਂ ਦੂਰ ਹੁੰਦੇ ਨੇ ਜਿੱਥੇ ਤੱਕ ਅਨਾਊਂਸਮੈਂਟ ਪ੍ਰੋਪਰ ਨਹੀਂ ਪਹੁੰਚਦੀ ਸੋ ਉਹਨਾਂ ਲੋਕਾਂ ਦੀ ਹੈਲਪ ਵਾਸਤੇ ਇਹਨਾਂ ਨੇ ਆਪਣੇ ਵੱਲੋਂ ਸੋਸ਼ਲ ਮੀਡੀਆ 'ਤੇ ਇੱਕ ਗਰੁੱਪ ਵੀ ਬਣਾਇਆ ਗਿਆ ਪਿੰਡ ਦੇ ਆਮ ਜਨਤਾ ਦਾ ਤਾਂ ਜੋ ਹਰ ਇੱਕ ਤੱਕ ਜੋ ਮੈਸੇਜ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਪਹੁੰਚਾਇਆ ਜਾਂਦਾ ਹੈ ਉਹ ਸਮੇਂ ਸਿਰ ਉਹਨਾਂ ਤੱਕ ਪਹੁੰਚਾਇਆ ਜਾ ਸਕੇ ਧੰਨਵਾਦ ਕੈਮਰਾਮੈਨ ਅਕਸ਼ਾ ਦੇ ਨਾਲ ਨਵਨੀਤ ਕੌਰ CWT ਪ੍ਰਾਈਮ TV ਤੁਹਾਡੇ ਹਰ ਖੇਤਰ ਦੀ ਖਬਰ ਜਾਣਨ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਤੁਹਾਡੇ ਹੱਕ ਸੱਚ ਦੀ ਆਵਾਜ਼ CWT ਪ੍ਰਾਈਮ TV